ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਅਤੇ ਬੈੱਲ ਆਈਕਨ 'ਤੇ ਕਲਿੱਕ ਕਰੋ ਤਾਂ ਜੋ ਤੁਸੀਂ ਦੇਖ ਸਕੋ ਸਾਡੀ ਵੀਡੀਓ ਸਭ ਤੋਂ ਪਹਿਲਾਂ। ਹੈਲੋ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਆਉਣ ਵਾਲੀ ਪੰਜਾਬੀ ਫਿਲਮ ਡਾਕੂਆਂ ਦਾ ਮੁੰਡਾ ਬਾਰੇ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਦੇਸੀ ਪੰਜਾਬੀ ਸਵੈਗ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇੱਦਾਂ ਦੀ ਵੀਡੀਓ ਲਿਆਉਂਦਾ ਰਹਿੰਦਾ ਹਾਂ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਨਦੀਪ ਬੈਨੀਪਾਲ ਜੀ ਨੇ, ਜੋ ਏਕਮ, ਸਾਡਾ ਹੱਕ ਅਤੇ ਯੋਧਾ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਅਤੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰਵਨੀਤ ਕੌਰ ਚਾਹਲ ਅਤੇ ਰਾਜੇਸ਼ ਕੁਮਾਰ ਅਰੋੜਾ ਨੇ। ਇਸ ਫਿਲਮ ਦੇ ਮੇਨ ਲੀਡ ਵਿੱਚ ਹਨ ਦੇਵ ਖਰੁੰਡ ਅਤੇ ਪੂਜਾ ਵਰਮਾ ਜੀ। ਇਸ ਫਿਲਮ ਦੇ ਸਪੋਰਟਿੰਗ ਰੋਲ ਵਿੱਚ ਹਨ ਜਗਜੀਤ ਸੰਧੂ ਜੀ, ਜੋ ਪਹਿਲਾਂ ਵੀ ਰੁਪਿੰਦਰ ਗਾਂਧੀ 1 ਅਤੇ ਰੁਪਿੰਦਰ ਗਾਂਧੀ 2 ਵਿੱਚ ਦਿਖ ਚੁੱਕੇ ਹਨ। ਲੱਕੀ ਧਾਲੀਵਾਲ, ਸੁਖਦੀਪ ਸੁੱਖ, ਅਨੀਤਾ ਮੀਤ, ਹਰਸ਼ਦੀਪ ਗਿੱਲ ਅਤੇ ਕੁਲਜਿੰਦਰ ਸਿੱਧੂ ਜੀ। ਡਾਕੂਆਂ ਦਾ ਮੁੰਡਾ, ਇਸ ਫਿਲਮ ਦੀ ਸਟੋਰੀ ਇੱਕ ਸੱਚੀ ਘਟਨਾ 'ਤੇ ਆਧਾਰਿਤ ਹੈ, ਜੋ ਕਿ ਬੇਸਡ ਹੈ ਮਿੰਟੂ ਗੁਰਸੂਰੀਆ ਜੀ ਦੀ ਲਾਈਫ 'ਤੇ, ਜਿਸ 'ਤੇ ਮਿੰਟੂ ਗੁਰਸੂਰੀਆ ਜੀ ਨੇ ਇੱਕ ਬੁੱਕ ਵੀ ਲਿਖੀ ਹੈ ਜਿਸ ਦਾ ਨਾਮ ਹੈ ਡਾਕੂਆਂ ਦਾ ਮੁੰਡਾ, ਅਤੇ ਜਿਸ ਕਰਕੇ ਇਸ ਫਿਲਮ ਦਾ ਨਾਮ ਵੀ ਸੇਮ ਰੱਖਿਆ ਗਿਆ ਹੈ। ਜੇਕਰ ਤੁਸੀਂ ਮਿੰਟੂ ਗੁਰਸੂਰੀਆ ਜੀ ਨੂੰ ਨਹੀਂ ਜਾਣਦੇ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਉਹਨਾਂ ਦੇ ਇੰਟਰਵਿਊ ਦਾ ਲਿੰਕ ਦਿੱਤਾ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਹੁਣ ਗੱਲ ਕਰਦੇ ਹਾਂ ਫਿਲਮ ਦੀ ਕਹਾਣੀ ਬਾਰੇ। ਇਸ ਫਿਲਮ ਦੀ ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਕਿੱਦਾਂ ਮਿੰਟੂ ਗੁਰਸੂਰੀਆ ਜੀ ਦਾ ਜਨਮ ਇੱਕ ਨਸ਼ੇੜੀ ਅਤੇ ਇੱਕ ਬਦਮਾਸ਼ ਫੈਮਿਲੀ ਵਿੱਚ ਹੁੰਦਾ ਹੈ। ਜਨਮ ਤਾਂ ਮੇਰਾ ਨਸ਼ੇ ਦੀ ਦੁਨੀਆ 'ਚ ਹੀ ਹੋਇਆ ਸੀ। ਪਰ ਮਿੰਟੂ ਜੀ ਨੂੰ ਇਹੋ ਜਿਹੀ ਕੋਈ ਆਦਤ ਨਹੀਂ ਹੁੰਦੀ ਅਤੇ ਉਹ ਆਪਣਾ ਪਿੰਡ ਛੱਡ ਕੇ ਸ਼ਹਿਰ ਚਲੇ ਜਾਂਦੇ ਹਨ ਪੜ੍ਹਨ ਲਈ, ਅਤੇ ਉੱਥੇ ਕਾਲਜ ਵਿੱਚ ਦਾਖਲਾ ਲੈ ਲੈਂਦੇ ਹਨ, ਜਿੱਥੇ ਉਹਨਾਂ ਦੀ ਦੋਸਤੀ ਐਸੇ ਮੁੰਡਿਆਂ ਨਾਲ ਹੋ ਜਾਂਦੀ ਹੈ ਜੋ ਕਿ ਇੱਕ ਨੰਬਰ ਦੇ ਨਸ਼ੇੜੀ ਹੁੰਦੇ ਹਨ, ਅਤੇ ਉਹ ਮਿੰਟੂ ਨੂੰ ਵੀ ਆਪਣੇ ਵਰਗਾ ਨਸ਼ੇੜੀ ਬਣਾ ਦਿੰਦੇ ਹਨ। ਅਤੇ ਫਿਰ ਇੱਕ ਦਿਨ ਜਦੋਂ ਮਿੰਟੂ ਦੇ ਦੋਸਤ ਦੀ ਲੜਾਈ ਉਹਨਾਂ ਦੇ ਕਾਲਜ ਦੇ ਮੁੰਡਿਆਂ ਨਾਲ ਹੋ ਜਾਂਦੀ ਹੈ ਅਤੇ ਉਸਨੂੰ ਕਾਫੀ ਸੱਟਾਂ ਵੀ ਲੱਗਦੀਆਂ ਹਨ, ਇਹ ਸਭ ਦਾ ਪਤਾ ਜਦੋਂ ਮਿੰਟੂ ਨੂੰ ਚੱਲਦਾ ਹੈ ਤਾਂ ਉਹ ਬਰਦਾਸ਼ਤ ਨਹੀਂ ਕਰ ਪਾਉਂਦਾ, ਫਿਰ ਉਹ ਉਹਨਾਂ ਮੁੰਡਿਆਂ ਨੂੰ ਸਬਕ ਸਿਖਾਉਂਦਾ ਹੈ ਅਤੇ ਹੌਲੀ ਹੌਲੀ ਮਿੰਟੂ ਵੀ ਵੈਲੀ ਬਣ ਜਾਂਦਾ ਹੈ। ਆਪਣੀ ਸੁਬੇ ਕਿਆ ਨਾ ਲੜਾਈ ਰਹਿਣ ਦੇ ਮਿੰਟੂ ਯਾਰ, ਐ ਕਿਵੇਂ ਛੱਡਦਾ ਸਾਲਾ, ਜਣਾ ਖਣਾ ਹੀ ਕਲਾਮੇ ਨੂੰ ਹੱਥ ਪਾਉਣ ਲੱਗ ਗਿਆ, ਕੱਲ ਨੂੰ ਕੋਈ ਹੋਰ ਪਾਉ। ਲੜਦਾ ਨਹੀਂ ਨਾ, ਇਹਦਾ ਮਤਲਬ ਇਹ ਨਹੀਂ ਕਿ ਡਰਪੋਕ ਆ। ਇਹ ਸਭ ਚੱਲਦੇ ਚੱਲਦੇ ਮਿੰਟੂ ਨੂੰ ਕਾਲਜ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਹਥਿਆਰਾਂ ਦੇ ਨਸ਼ੇ ਦੇ ਨਾਲ ਖੇਡਦਾ ਖੇਡਦਾ ਮੈਂ ਇਸ਼ਕ ਦੀ ਬਾਜੀ ਵੀ ਖੇਡ ਗਿਆ। ਓਏ, ਕਿਹੜੀ ਦੁਨੀਆ 'ਚ ਖੋ ਗਿਆ ਹੁਣ? ਦੁਨੀਆ ਤਾਂ ਹੁਣ ਲੱਭੀ ਆ। ਅਤੇ ਉਸ ਕੁੜੀ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਕਿ ਮਿੰਟੂ ਵੀ ਆਪਣੇ ਦੋਸਤਾਂ ਵਾਂਗ ਇੱਕ ਨਸ਼ੇੜੀ ਹੈ। ਯਾਰ, ਇੰਨੇ ਦਿਨ ਤੇਰੇ ਬਿਨ ਮੇਰਾ ਦਿਲ ਕਿਵੇਂ ਲੱਗੂ? ਦਿਲ ਲਾਉਣ ਵਾਸਤੇ ਹੈ ਨਾ ਤੇਰੇ ਨਸ਼ੇੜੀ ਦੋਸਤ। ਇਹ ਤਾਂ ਵਿਚਾਰੇ ਵੈਸ਼ਨੂ ਨੇ, ਪਾਣੀ ਵੀ ਪੁਣ ਪੁਣ ਪੀਂਦੇ ਆ। ਆ ਸ਼ੀਸ਼ੀ ਖੋਲੀ ਯਾਰ, ਖੰਗ ਦੀ ਦਵਾਈ ਆ, ਬਿਮਾਰ ਆ ਵਿਚਾਰਾ ਇਹ। ਅਤੇ ਜਦੋਂ ਉਸ ਕੁੜੀ ਨੂੰ ਮਿੰਟੂ ਬਾਰੇ ਪਤਾ ਚੱਲਦਾ ਹੈ ਕਿ ਉਹ ਵੀ ਆਪਣੇ ਦੋਸਤਾਂ ਵਾਂਗ ਨਸ਼ੇੜੀ ਅਤੇ ਵੈਲੀ ਹੈ, ਅਤੇ ਉਹ ਮਿੰਟੂ ਨੂੰ ਛੱਡ ਕੇ ਚਲੀ ਜਾਂਦੀ ਹੈ, ਜਿਸ ਕਰਕੇ ਮਿੰਟੂ ਹੋਰ ਵੀ ਜ਼ਿਆਦਾ ਨਸ਼ੇ ਕਰਨ ਲੱਗ ਜਾਂਦਾ ਹੈ ਅਤੇ ਇੱਕ ਨਾਮੀ ਗੈਂਗਸਟਰ ਬਣ ਜਾਂਦਾ ਹੈ। ਦੁਸ਼ਮਣਾਂ ਦੀ ਦੁਸ਼ਮਣੀ ਕਿਸੇ ਆਮ ਖਾਸ ਨਾਲ ਨਹੀਂ, ਡਾਕੂਆਂ ਦੇ ਮੁੰਡੇ ਨਾਲ ਸੀ। ਅਤੇ ਫਿਰ ਇੱਕ ਦਿਨ ਜਦੋਂ ਉਸ ਕੁੜੀ ਦਾ ਵਿਆਹ ਹੋਣ ਜਾ ਰਿਹਾ ਹੁੰਦਾ ਹੈ ਤਾਂ ਮਿੰਟੂ ਵੀ ਉੱਥੇ ਪਹੁੰਚ ਜਾਂਦਾ ਹੈ ਅਤੇ ਬੰਦੂਕ ਦੇ ਜ਼ੋਰ 'ਤੇ ਉਸ ਕੁੜੀ ਨੂੰ ਆਪਣੇ ਨਾਲ ਚੱਲਣ ਲਈ ਕਹਿੰਦਾ ਹੈ। ਆਖਰੀ ਵਾਰ ਪੁੱਛ ਰਹੇ, ਚੱਲ ਠੀਕ ਨਹੀਂ, ਤੂੰ ਮੈਨੂੰ ਮਾਰ ਹੀ ਦੇ, ਤੇਰੇ ਨਾਲ ਰਹਿ ਕੇ ਰੋਜ਼ ਰੋਜ਼ ਮਰਨ ਨਾਲੋਂ ਇੱਕੋ ਵਾਰੀ ਮਰਨਾ ਚਾਹੁੰਦਾ।
ਤੇ ਉਸ ਕੁੜੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਮਿੰਟੂ ਅੰਦਰ ਤੱਕ ਹਿੱਲ ਜਾਂਦਾ ਹੈ ਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਇੱਕ ਗਲਤ ਰਾਹ ਤੇ ਤੁਰ ਪਿਆ ਹੈ ਤੇ ਫਿਰ ਮਿੰਟੂ ਕਸਮ ਖਾਂਦਾ ਹੈ ਕਿ ਉਹ ਇੱਕ ਚੰਗਾ ਇਨਸਾਨ ਬਣੇਗਾ। ਫਿਰ ਐਂਟਰੀ ਹੁੰਦੀ ਹੈ ਕੁਲਜਿੰਦਰ ਸੰਧੂ ਜੀ ਦੀ, ਜੋ ਕਿ ਫਿਲਮ ਵਿੱਚ ਇੱਕ ਪੋਲੀਟੀਸ਼ੀਅਨ ਦਾ ਕਰੈਕਟਰ ਕਰ ਰਹੇ ਹਨ। ਇਸ ਦੁਨੀਆ ਵਿੱਚ ਯਾਰ ਵੀ ਪੱਕੇ ਮਿਲਦੇ ਆ ਤੇ ਦੁਸ਼ਮਣ। ਇਹਦੀ ਤਾਂ ਕੋਈ ਐਸੀ ਕੁੰਡੀ ਲੱਭਣੀ ਪੈਣੀ ਆ ਜਿਹੜੀ ਇਹਨੂੰ ਮਜਬੂਰ ਕਰ ਦੇਵੇ ਮੇਰੇ ਮੋਰੇ ਹੱਥ ਬੰਨ ਕੇ ਖੜਨ। ਇਹ ਫਿਲਮ ਐਂਟਰਟੇਨਿੰਗ ਹੋਣ ਦੇ ਨਾਲ ਨਾਲ ਸਮਾਜ ਨੂੰ ਇੱਕ ਚੰਗਾ ਮੈਸੇਜ ਵੀ ਦੇਵੇਗੀ। ਬਾਕੀ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਇਹ ਫਿਲਮ ਲੋਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ। ਬਾਕੀ ਤੁਹਾਡਾ ਇਸ ਫਿਲਮ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਵਿੱਚ ਦੱਸੋ। ਧੰਨਵਾਦ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡੇ ਇੱਕ ਲਾਈਕ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ। ਇੱਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਦੇਸੀ ਪੰਜਾਬੀ ਸਵੈਗ ਸਬਸਕ੍ਰਾਈਬ ਕਰੋ ਅਤੇ ਸਾਡਾ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਵੀ ਜ਼ਰੂਰ ਫੋਲੋ ਕਰੋ, ਜਿੱਥੇ ਅਸੀਂ ਨਵੇਂ ਨਵੇਂ ਅਪਡੇਟ ਪਾਉਂਦੇ ਰਹਿੰਦੇ ਹਾਂ। ਧੰਨਵਾਦ।